ਨੂੰ ਭਿਆਨਕ ਅੱਗ ਲੱਗੀ ਜਿਸ 'ਚ ਪਏ ਸਨ ਅੰਡੇ। ਅਜਿਹੇ 'ਚ ਜਦੋਂ ਆਲੇ ਦੁਆਲੇ ਦੇ ਲੋਕਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪਰ ਟਰੱਕ ਦੇ ਅੰਦਰ ਪਏ ਅੰਡੇ ਅੱਗ ਲੱਗਣ ਕਾਰਨ ਖਰਾਬ ਹੋ ਗਏ ਸਨ, ਪਰ ਜਿਹੜੇ ਅੰਡੇ ਬਚੇ ਸਨ ਉਹਨਾਂ ਨੂੰ ਸਥਾਨਕ ਲੋਕ ਲਿਫਾਫਿਆਂ 'ਚ ਭਰ ਭਰ ਲੈ ਗਏ। ਹਾਲਾਂਕਿ ਅੰਡੇ ਚੁੱਕਣ ਵਾਲੇ ਇਹਨਾਂ ਲੋਕਾਂ ਨੂੰ ਕਿਸੇ ਨੇ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅੰਡੇ ਦੇਖਦੇ ਹੀ ਦੇਖਦੇ ਗਾਇਬ ਹੋ ਗਏ। ਜੇ ਗੱਲ ਕੀਤੀ ਜਾਵੇ ਟਰੱਕ ਚਾਲਕ ਦੀ ਤਾਂ ਉਹ ਵੀ ਮੌਕੇ ਤੇ ਫਰਾਰ ਹੋ ਗਿਆ ਤੇ ਆਲੇ ਦੁਆਲੇ ਨਜ਼ਰ ਵੀ ਨਹੀਂ ਆਇਆ। ਫਿਲਹਾਲ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਕਰਨਾਲ ਦੇ ਮੇਰਠ ਰੋਡ ਤੇ ਸਵੇਰ ਵੇਲੇ ਵਾਪਰੀ ਤੇ ਇਹ ਟਰੱਕ ਯੂਪੀ ਵੱਲ ਨੂੰ ਜਾ ਰਿਹਾ ਸੀ ਕਿ ਇਸ ਟਰੱਕ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਗ ਲੱਗਣ ਦੇ ਸਪਸ਼ਟ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਟਰੱਕ 'ਚ ਅੱਗ ਸ਼ਾਰਟ ਸਰਕਿਟ ਦੇ ਕਾਰਨ ਲੱਗੀ ਹੈ, ਜਿਸ ਕਾਰਨ ਅੱਗੇ ਵਾਲਾ ਹਿੱਸਾ ਬੁਰੀ ਤਰ੍ਹਾਂ ਜਲ ਗਿਆ ਤੇ ਟਰੱਕ ਦੇ ਪਿੱਛੇ ਪਏ ਅੰਡੇ ਖਰਾਬ ਹੋ ਗਏ, ਜਦਕਿ ਜੋ ਬਚੇ ਸਨ ਉਹਨਾਂ ਦੀ ਲੋਕਾਂ ਨੇ ਲੁੱਟ ਪਾ ਦਿੱਤੀ। ਦੇਖਿਆ ਅੱਗ ਲੱਗ ਰਹੀ ਹੈ, ਬਹੁਤ ਆ ਰਹੇ ਹੈ ਵੀਡੀਓ ਵਾਲੇ, ਬਹੁਤ ਆ ਰਹੇ ਵੀ, ਦੇਖੋ ਕੀ ਹੁੰਦਾ ਹੈ। ਅੰਡੋ ਸੇ ਭਰੀ ਹੋਈ ਹੈ, ਅੰਡੇ ਤੋਂ ਭਰੀ ਹੋਈ ਹੈ। ਆਗ ਕਬ ਲੱਗੀ? ਵੋ ਪਤਾ ਨਹੀਂ, ਰਾਤ ਕੋ ਲੱਗੀ ਹੋਗੀ, ਰਾਤ ਸਵੇਰ ਲੱਗੀ ਹੋਗੀ, ਸਵੇਰ ਕੋ ਪਤਾ ਨਹੀਂ। ਧੂਆਂ ਲੱਗ ਰਿਹਾ ਨਹੀਂ, ਅਭੀ ਧੂਆਂ ਵੀ ਸਵੇਰੇ ਬਤਾ ਰਹੇ ਹਾਂ। ਸੁਬੇ ਡਰਾਈਵਰ ਹੈ ਵੀ ਯਹਾਂ ਪੇ ਹੈ, ਹੈ ਤਾਂ ਯਹੀਂ ਖੜਾ ਦਾ, ਪਤਾ ਨਹੀਂ ਕਿੱਧਰ ਚਲੇਗਾ ਜੀ। ਕਿਆ ਕੁਛ ਮਤਲਬ ਕਬ ਕਬ ਸੇ ਲੱਗੀ ਹੋਗੀ? ਵਾਇਰਿੰਗ ਸ਼ੋਰਟ ਕੀ ਵਜ੍ਹਾ ਸੇ ਲੱਗੀ? ਸ਼ੋਰਟ ਸਰਕਿਟ ਹੋਆ, ਅੰਡੋ ਸੇ ਭਰਾ ਹੋਆ ਹੈ। ਹਾਂਜੀ, ਇੱਕ ਮਾਰ ਗਈ ਹੈ, ਸਾਰੇ ਸਮਾਨ ਚਲ ਗਿਆ, ਖਰਾਬ ਹੋ ਗਿਆ। ਆਪਕੇ ਸਾਹਮਣੇ ਜੀ ਆਗ ਲੱਗੀ ਹੋਈ ਹੈ, ਆਗੇ ਕੈਬਿਨ ਮੇ ਵੀ ਆਗ ਲੱਗੀ। ਹਾਂਜੀ, ਭਿਆਨਕ ਅੱਗ ਲੱਗੀ ਜਿਸ 'ਚ ਪਏ ਸਨ ਅੰਡੇ। ਅਜਿਹੇ 'ਚ ਜਦੋਂ ਆਲੇ ਦੁਆਲੇ ਦੇ ਲੋਕਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪਰ ਟਰੱਕ ਦੇ ਅੰਦਰ ਪਏ ਅੰਡੇ ਅੱਗ ਲੱਗਣ ਕਾਰਨ ਖਰਾਬ ਹੋ ਗਏ ਸਨ, ਪਰ ਜਿਹੜੇ ਅੰਡੇ ਬਚੇ ਸਨ ਉਹਨਾਂ ਨੂੰ ਸਥਾਨਕ ਲੋਕ ਲਿਫਾਫਿਆਂ 'ਚ ਭਰ ਭਰ ਲੈ ਗਏ। ਹਾਲਾਂਕਿ ਅੰਡੇ ਚੁੱਕਣ ਵਾਲੇ ਇਹਨਾਂ ਲੋਕਾਂ ਨੂੰ ਕਿਸੇ ਨੇ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅੰਡੇ ਦੇਖਦੇ ਹੀ ਦੇਖਦੇ ਗਾਇਬ ਹੋ ਗਏ। ਜੇ ਗੱਲ ਕੀਤੀ ਜਾਵੇ ਟਰੱਕ ਚਾਲਕ ਦੀ ਤਾਂ ਉਹ ਵੀ ਮੌਕੇ ਤੇ ਫਰਾਰ ਹੋ ਗਿਆ ਤੇ ਆਲੇ ਦੁਆਲੇ ਨਜ਼ਰ ਵੀ ਨਹੀਂ ਆਇਆ। ਫਿਲਹਾਲ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਕਰਨਾਲ ਦੇ ਮੇਰਠ ਰੋਡ ਤੇ ਸਵੇਰ ਵੇਲੇ ਵਾਪਰੀ ਤੇ ਇਹ ਟਰੱਕ ਯੂਪੀ ਵੱਲ ਨੂੰ ਜਾ ਰਿਹਾ ਸੀ ਕਿ ਇਸ ਟਰੱਕ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਗ ਲੱਗਣ ਦੇ ਸਪਸ਼ਟ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਟਰੱਕ 'ਚ ਅੱਗ ਸ਼ਾਰਟ ਸਰਕਿਟ ਦੇ ਕਾਰਨ ਲੱਗੀ ਹੈ, ਜਿਸ ਕਾਰਨ ਅੱਗੇ ਵਾਲਾ ਹਿੱਸਾ ਬੁਰੀ ਤਰ੍ਹਾਂ ਜਲ ਗਿਆ ਤੇ ਟਰੱਕ ਦੇ ਪਿੱਛੇ ਪਏ ਅੰਡੇ ਖਰਾਬ ਹੋ ਗਏ, ਜਦਕਿ ਜੋ ਬਚੇ ਸਨ ਉਹਨਾਂ ਦੀ ਲੋਕਾਂ ਨੇ ਲੁੱਟ ਪਾ ਦਿੱਤੀ। ਦੇਖਿਆ ਅੱਗ ਲੱਗ ਰਹੀ ਹੈ, ਬਹੁਤ ਆ ਰਹੇ ਹੈ ਵੀਡੀਓ ਵਾਲੇ, ਬਹੁਤ ਆ ਰਹੇ ਵੀ, ਦੇਖੋ ਕੀ ਹੁੰਦਾ ਹੈ। ਅੰਡੋ ਸੇ ਭਰੀ ਹੋਈ, ਅੰਡੇ ਤੋਂ ਭਰੀ ਹੋਈ ਹੈ। ਆਗ ਕਬ ਲੱਗੀ? ਵੋ ਪਤਾ ਨਹੀਂ, ਰਾਤ ਕੋ ਲੱਗੀ ਹੋਗੀ, ਰਾਤ ਸਵੇਰ ਲੱਗੀ ਹੋਗੀ, ਸਵੇਰ ਕੋ ਪਤਾ ਨਹੀਂ। ਧੂਆਂ ਲੱਗ ਰਿਹਾ ਨਹੀਂ, ਅਭੀ ਧੂਆਂ ਵੀ ਸਵੇਰੇ ਬਤਾ ਰਹੇ ਹੈ। ਸੁਬੇ ਡਰਾਈਵਰ ਹੈ ਵੀ ਯਹਾਂ ਪੇ ਹੈ, ਹੈ ਤਾਂ ਯਹੀਂ ਖੜਾ ਦਾ, ਪਤਾ ਨਹੀਂ ਕਿੱਧਰ ਚਲੇਗਾ ਜੀ। ਕਿਆ ਕੁਛ ਮਤਲਬ ਕਬ ਕਬ ਸੇ ਲੱਗੀ ਹੋਗੀ? ਵਾਇਰਿੰਗ ਸ਼ੋਰਟ ਕੀ ਵਜ੍ਹਾ ਸੇ ਲੱਗੀ? ਸ਼ੋਰਟ ਸਰਕਿਟ ਹੋਆ, ਅੰਡੋ ਸੇ ਭਰਾ ਹੋਆ ਹੈ। ਹਾਂਜੀ, ਇੱਕ ਮਾਰ ਗਈ ਹੈ, ਸਾਰੇ ਸਮਾਨ ਚਲ ਗਿਆ, ਖਰਾਬ ਹੋ ਗਿਆ। ਆਪਕੇ ਸਾਹਮਣੇ ਜੀ ਆਗ ਲੱਗੀ ਹੋਈ ਹੈ, ਆਗੇ ਕੈਬਿਨ ਮੇ ਵੀ ਆਗ ਲੱਗੀ। ਹਾਂਜੀ।